ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੇ ਸਵਾਗਤ ਹੈ ਤੁਹਾਡਾ ਸਾਡੇ ਅਫੀਸ਼ੀਅਲ YouTube ਚੈਨਲ ਹੈ ਇਸਕੇ ਜਵਾਬ ਸ્ઞાન ਵਿੱਚ ਤੇ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਵਾਲੇ ਆ ਦਫਤਰ ਨਗਰ ਨਿਗਮ ਕਪੂਰਥਲਾ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ ਵੱਲੋਂ ਸਫਾਈ ਸੇਵਕਾ ਤੇ ਸੀਵਰਮੈਨ ਦੀਆਂ ਸਾਮੀਆਂ ਲਈ ਭਰਤੀ ਸੂਚਨਾ ਜਾਰੀ ਕੀਤੀ ਗਈ ਹੈ ਤੇ ਦੋਸਤੋ ਇਹਦੇ ਜਿਹੜਾ ਉਹ ਸਫਾਈ ਸੇਵਕ ਦੀਆਂ 130 ਪੋਸਟਾਂ ਨੇ ਤੇ ਸੀਵਰਮੈਨ ਦੀਆਂ 45 ਪੋਸਟਾਂ ਜਾਰੀ ਕੀਤੀਆਂ ਗਈਆਂ ਹੈ ਤੇ ਦੋਸਤੋ ਇਸ ਤੋਂ ਬਾਅਦ ਇਹ ਜਿਹੜੀ ਨੋਟੀਫਿਕੇਸ਼ਨ ਹੈ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ www.kapoorthala.gov.in ਤੇ ਜਾ ਕੇ ਜਾਂ ਫਿਰ ਤੁਸੀਂ igpunjab.gov.in ਤੇ ਜਾ ਕੇ ਇਹਦੇ ਬਾਰੇ ਵਧੇਰੀ ਜਾਣਕਾਰੀ ਲੈ ਸਕਦੇ ਨੇ ਤੇ ਦੋਸਤੋ ਇਹਦੇ ਤੁਹਾਨੂੰ ਦੱਸਿਆ ਗਿਆ ਹੈ ਕਿ ਪ੍ਰਤੀਸੰਬੰਧੀ ਪਰੇ ਜਾਣ ਵਾਲੇ ਫਾਰਮ ਸਬੰਧੀ ਸੂਚਨਾ ਨਗਰ ਨਿਗਮ ਕਪੂਰਥਲਾ ਸ਼ਾਲੀਮਾਰ ਬਾਗ ਅੰਮ੍ਰਿਤਸਰ ਰੋਡ ਕਪੂਰਥਲਾ 144601 ਦੇ ਮੁੱਖ ਦਫ਼ਤਰ ਤੋਂ ਵੈਬਸਾਈਟ ਅੱਗੇ ਤੁਹਾਨੂੰ ਇਹਦੀ ਵੈਬਸਾਈਟ ਦਿੱਤੀ ਗਈ ਹੈ www.kapoorthala.gov.in ਅਤੇ ਵੈਬਸਾਈਟ igppunjab.gov.in ਤੇ ਵੇਖੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਸ ਸੰਬੰਧੀ ਨਿਯਮਾ ਚਰਤਾ ਅਤੇ ਹੋਰ ਸੰਬੰਧ ਸੂਚਨਾ ਇਹਨਾਂ ਦੀ ਵੈਬਸਾਈਟਾਂ ਤੇ ਅਪਲੋਡ ਕੀਤੀ ਜਾਵੇਗੀ ਤੇ ਦੋਸਤੋ ਇਸ ਤਵਾਂ ਤੁਹਾਨੂੰ ਦੱਸਿਆ ਗਿਆ ਹੈ ਕਿ ਜੇ ਜਿਹੜਾ ਐਪਲੀਕੇਸ਼ਨ ਪਰਫਮ ਆਇਓ ਤੁਸੀਂ 26 11 2021 ਤੋਂ ਲੈ ਕੇ 10 12 2021 ਤੱਕ ਇਹਨੂੰ ਜਮਾ ਕਰਵਾ ਸਕਦੇ ਨੇ ਤੇ ਦੋਸਤੋ ਇਹ ਜਿਹੜਾ ਹੈ ਤੁਸੀਂ ਇਹਨਾਂ ਦੇ ਅਫੀਸ਼ੀਅਲ ਐਡਰੈਸ ਨਗਰ ਨਿਗਮ ਕਪੂਰਥਲਾ ਸ਼ਾਲੀਮਾਰ ਬਾਗ ਅੰਮ੍ਰਿਤਸਰ ਰੋਡ ਕਪੂਰਥਲਾ 144601 ਤੇ ਜਾ ਕੇ ਜਿਹੜਾ ਉਹ ਤੁਸੀਂ ਇਹਨੂੰ ਸਪੀਡ ਪੋਸਟ ਜਾਂ ਫਿਰ ਰਜਿਸਟਰਡ ਪੋਸਟ ਦੇ ਰਾਹੀਂ ਇਹਦੇ ਜਿਹੜਾ ਫਾਰਮ ਹੈ ਉਹਨੂੰ ਭੇਜ ਸਕਦੇ ਨੇ ਤੇ ਦੋਸਤੋ ਇਸ ਤੋਂ ਬਾਅਦ ਗੱਲ ਕਰਦੇ ਆਂ ਕਿ ਤੁਸੀਂ ਇਹਨੇ ਇਹਦੇ ਨਾਲ ਕਿਹੜੇ-ਕਿਹੜੇ ਪ੍ਰੂਫ ਲਾਣੇ ਨੇ ਤਾਂ ਦੋਸਤੋ ਇਹਦੇ ਨਾਲ ਜਿਹੜਾ ਉਹ ਤੁਹਾਡਾ ਜਨਮ ਮਿਤੀ ਦਾ ਸਬੂਤ ਨਾਲ ਲੱਗਿਆ ਹੋਣਾ ਚਾਹੀਦਾ ਆਧਾਰ ਕਾਰਡ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਤੇ ਤਿੰਨਾਂ ਚੋਂ ਕੋਈ ਇੱਕ ਪ੍ਰੂਫ ਨਾਲ ਤੁਸੀਂ ਲਗਾਣਾ ਹੈ ਇਸ ਤੋਂ ਬਾਅਦ ਤਜਰਬਾ ਸਰਟੀਫਿਕੇਟ ਤੁਸੀਂ ਇਹਦੇ ਨਾਲ ਲਾਣਾ ਹੈ ਤੇ ਵਿੱਦਿ ਤੇ ਯੋਗਤਾ এডਿਕੇਸ਼ਨ ਕੁਆਲਿਫਿਕੇਸ਼ਨ ਦਾ ਪ੍ਰੂਫ ਲਗਾਣਾ ਹੈ ਤੇ ਇਸ ਤੋਂ ਬਾਅਦ ਸਬੰਧਤ ਕੈਟਾਗਰੀ ਦਾ ਸਰਟੀਫਿਕੇਟ ਨਾਲ ਲਾਣਾ ਹੈ ਅਪੰਗਤਾ ਦਾ ਸਰਟੀਫਿਕੇਟ ਜੇਕਰ ਤੁਸੀਂ ਆਪਾਂ ਕੋ ਤਾਂ ਤੁਸੀਂ ਉਹਦਾ ਵੀ ਸਰਟੀਫਿਕੇਟ ਲੈਣਾ ਹੈ ਤੇ ਇਸ ਤੋਂ ਬਾਅਦ ਰਿਹائش ਦਾ ਸਰਟੀਫਿਕੇਟ ਡੋਮੋਸਾਈਲ ਸਰਟੀਫਿਕੇਟ ਵੀ ਤੁਸੀਂ ਇਹਦੇ ਨਾਲ ਜ਼ਰੂਰ ਲੈਣਾ ਹੈ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਇਹਦੇ ਫਾਰਮ ਦੀ ਤਾਂ ਇਹ ਜਿਹੜਾ ਹੈ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੇ ਹੈਗੀ ਹੈ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਨੇ ਤੇ ਉਹਦੇ ਵਿੱਚ ਹੀ ਤੁਹਾਨੂੰ ਇਹਦਾ ਪਰਫਾਰਮਾ ਵੀ ਦਿੱਤਾ ਗਿਆ ਹੈ ਤੇ ਦੋਸਤੋ ਇਹ ਜਿਹੜਾ ਪਰਫਮ ਹੈ ਦਫਤਰ ਨਗਰ ਨਿਗਮ ਕਪੂਰਥਲਾ ਠੇਕੇ ਦੇ ਆਧਾਰ ਤੇ ਸਫਾਈ ਸੇਵਕ ਤੇ ਸੀਵਰਮੈਨਾਂ ਦੀ ਅਸਾਮੀ ਲਈ ਬਿਨਾ ਪੱਤਰ ਜਾਰੀ ਕੀਤਾ ਗਿਆ ਹੈ ਤੇ ਇਹਦੇ ਜਿਹੜਾ ਉਹ ਤੁਸੀਂ ਸਾਰਿਆਂ ਤੋਂ ਪਹਿਲਾਂ ਅਸਾਮੀ ਦਾ ਨਾਮ ਤਰਜੀਹ ਅਨੁਸਾਰ ਮਤਲਬ ਪਹਿਲੇ ਨੰਬਰ ਤੇ ਤੁਸੀਂ ਕਿਹੜੀ ਪੋਸਟ ਸਫਾਈ ਸੇਵਕ ਜਾਂ ਫਿਰ ਤੁਸੀਂ ਸੀਵਰਮੈਨ ਦੀ ਭਰਨੀ ਆ ਉਹ ਤੁਸੀਂ ਇੱਥੇ ਲਿਖਣਾ ਹੈ ਤੇ ਉਸ ਤੋਂ ਬਾਅਦ ਸੈਕੰਡ ਪੋਸਟ ਦੂਜੀ ਇੱਥੇ ਲਿਖਣੀ ਹੈ ਤੇ ਦੋਸਤੋ ਇਸ ਤੋਂ ਬਾਅਦ ਜਿਹੜਾ ਨੈਕਸਟ ਕਲਮ ਹੈ ਉਮੀਦਵਾਰ ਦਾ ਨਾਮ ਪਿਤਾ ਪਤੀ ਦਾ ਨਾਮ ਜਨਮ ਮਿਤੀ ਉਮਰ ਜਨਮ ਦਾ ਸਥਾਨ ਕਰਦਾ ਪੱਕਾ ਪਤਾ ਪੱਤਰ ਵਿਹਾਰ ਲਈ ਪਤਾ ਮਤਲਬ ਪਰਮਨੈਂਟ ਐਡਰੈਸ ਕੋਰਸਪੋਂਡੈਂਸ ਐਡਰੈਸ ਉਸ ਤੋਂ ਬਾਅਦ ਤੁਹਾਡਾ ਟੈਲੀਫੋਨ ਨੰਬਰ ਹੋਏਗਾ ਆਧਾਰ ਕਾਰਡ ਨੰਬਰ ਵੀ ਤੁਸੀਂ ਲਿਖਣਾ ਹੈ ਉਸ ਤੋਂ ਬਾਅਦ ਕੈਟਾਗਰੀ ਕਿਹੜੀ ਆ ਉਹ ਲਿਖਣੀ ਹੈ ਤੇ ਕੋਡ ਲਿਖਣਾ ਹੈ ਉਸ ਤੋਂ ਬਾਅਦ ਨੈਸ਼ਨੈਲਿਟੀ ਜੇ ਤੁਸੀਂ ਇੰਡੀਅਨ ਲਿਖਣਾ ਹੈ ਤੇ ਉਸ ਤੋਂ ਬਾਅਦ ਵਿੱਦਿਅਕ ਯੋਗਤਾ এডਿਕੇਸ਼ਨ ਕੁਆਲੀਫਿਕੇਸ਼ਨ ਭਰਨੀ ਆ ਜਿਦੇ ਵਿੱਚ ਤੁਸੀਂ ਜਿਹੜਾ ਉਹ ਪਾਸ ਪ੍ਰੀਖਿਆ ਦਾ ਨਾਮ ਬੋਰਡ ਯੂਨੀਵਰਸਿਟੀ ਕਿਹੜੀ ਹੈ ਇਹ ਪ੍ਰੀਖਿਆ ਪਾਸ ਕਰਨ ਦਾ ਸਾਲ ਈਅਰ ਕਿਹੜਾ ਹੈ ਕੋਲੰਕ ਪ੍ਰਾਪਤ ਅੰਕ ਤੇ ਕਿੰਨੇ ਪਰਸੈਂਟ ਮਾਰਕਸ ਨੇ ਉਹ ਤੁਸੀਂ ਇੱਥੇ ਲਿਖਣੇ ਨੇ ਤੇ ਦੋਸਤੋ ਇਸ ਤੋਂ ਬਾਅਦ ਕੀ ਪੰਜਾਬੀ ਪੜ੍ਹ ਲਿਖ ਪੜ ਸਕਦਾ ਹੈ ਤਾਂ ਹਾਂ ਜਾਂ ਨਾ ਤੁਸੀਂ ਲਿਖਣਾ ਹੈ ਤਜਰਬਾ ਕਦੋਂ ਤੋਂ ਕਦੋਂ ਤੱਕ ਹੈ ਉਹ ਲਿਖਣਾ ਹੈ ਤੇ ਕੀ ਕੋਈ ਪੁਲਿਸ ਕੇਸ ਅਦਾਲਤੀ ਕੇਸ ਲੰਬਿਤ ਹੈ ਹਾਂ ਜਾਂ ਨਹੀਂ ਉਹ ਤੁਸੀਂ ਇੱਥੇ ਲਿਖਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਸਵੈ ਘੋਸ਼ਨਾ ਇਹ ਭਰਨੀ ਹੈ ਤੇ ਇਸ ਤੋਂ ਬਾਅਦ ਮਿਤੀ ਸਥਾਨ ਤੇ ਉਮੀਦਵਾਰ ਦੇ ਹਸਤਾਖਰ ਹੋਣੇ ਚਾਹੀਦੇ ਹਨ ਤੇ ਉਹਦੇ ਨਾਲ ਹੀ ਨੱਥੀ ਦਸਤਾਵੇਜ਼ ਦਾ ਸਮੂਹ ਕਿ ਤੁਸੀਂ ਕਿਹੜੇ ਕਿਹੜੇ ਪ੍ਰੂਫ ਨਾਲ ਆਏ ਆ ਉਹ ਤੁਸੀਂ ਇੱਥੇ ਲਿਖਣੇ ਨੇ ਤੇ ਦੋਸਤੋ ਇਹ ਇਹਦਾ ਜਿਹੜਾ ਹੈ ਉਹ ਪਰਫਾਰਮਾ ਹੈ ਜਿਹੜਾ ਤੁਸੀਂ ਭਰ ਕੇ ਇਹਨਾਂ ਦੇ ਅਫੀਸ਼ੀਅਲ ਐਡਰੈਸ ਤੇ ਸੈਂਡ ਕਰਨਾ ਹੈ ਤੇ ਦੋਸਤੋ ਇਹਦੇ ਸੰਬੰਧੀ ਜੇ ਤੁਹਾਡੀ ਕੋਈ ਕੁਆਰੀ ਹੈ ਜਾਂ ਤੁਸੀਂ ਕੁਝ ਪੁੱਛਣਾ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਸੈਕਸ਼ਨ ਤੇ ਕਮੈਂਟ ਕਰ ਸਾਨੂੰ ਇਹਦੇ ਬਾਰੇ ਪੁੱਛ ਸਕਦੇ ਨੇ ਤੇ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਦੋਸਤੋ ਜੈ ਹਿੰਦ ਜੈ ਪਰਮਾਤਮਾ